ਸਿਆਸਤੀ ਹੀ ਕਿਉਂ? ਤੁਹਾਡੇ ਲਈ ਫਰੀਦਕੋਟ ਸਰਪ੍ਰਾਈਜ਼ਿੰਗ ਸੀ? ਹਾਂ ਬਿਲਕੁਲ ਸਰਪ੍ਰਾਈਜ਼ਿੰਗ ਸੀ। ਖਾਸ ਤੌਰ ਦੇ ਉੱਤੇ ਜਿਵੇਂ ਆਪਾਂ ਹਲਕੇ ਦੇ ਵਿੱਚ ਵਿਚਰਦੇ ਹਾਂ, 9 ਵਿਧਾਨ ਸਭਾ ਹਲਕੇ ਆਉਂਦੇ ਆ, 8 MLA ਤੁਹਾਡੇ। ਜੀ ਜੀ। ਕਦੇ ਇੱਦਾਂ ਨਹੀਂ ਵੀ ਉਹਨਾਂ ਵਿੱਚੋਂ ਬੰਦਾ ਚੋਣ? ਕਿਸੇ ਪ੍ਰੋਡਕਸ਼ਨ ਹਾਊਸ ਦਾ ਯੋਗਦਾਨ ਰਿਹਾ ਤੁਹਾਨੂੰ ਟ੍ਰਿਕ ਦਵਾਉਣ ਦੇ ਵਿੱਚ, ਇੱਦਾਂ ਦੀ ਵੀ ਚਰਚਾ ਆਈ? ਕਲਾਕਾਰ ਦੇ ਉੱਤੇ, ਅਦਾਕਾਰ ਦੇ ਉੱਤੇ ਇੱਕ ਟੈਗ ਜਿਹਾ ਲੱਗ ਜਾਂਦਾ ਵੀ ਜਿੱਤ ਕੇ ਫਿਰ ਕਦੇ ਦਿਖਦੇ ਨਹੀਂ, ਉਸ ਟੈਗ ਦੇ ਲਈ ਕੀ ਆ, ਮਤਲਬ ਕੁਛ ਸਪੈਸ਼ਲ ਸੋਚਿਆ, ਜਾਂ ਉਹ ਕਿਵੇਂ ਤੁਸੀਂ ਵੋਟਰਾਂ ਨੂੰ ਮਜਬੂਰ ਕਰੋਗੇ ਵੀ ਨਹੀਂ ਮੈਂ ਉਦਾਂ ਦਾ ਨਹੀਂ? ਇੱਕ ਦੌਰ ਤੋਂ ਬਾਅਦ ਚਰਚਾ ਹੋਣ ਲੱਗ ਗਈ ਵੀ ਪੰਜਾਬ ਫਿਰ ਪਹਿਲਾਂ ਕਰਜ਼ਾ ਇੰਨਾ ਸੀ, ਫਿਰ ਵੱਧਦਾ ਗਿਆ ਹਰ ਇੱਕ ਸਾਲ, ਇਹ ਸਰਕਾਰ ਤੇ ਵੀ ਲੱਗ ਰਹੇ ਆ ਦੋ ਕਿ ਕਰਜ਼ਾ ਬਹੁਤ ਹੋ ਗਿਆ। ਕਹਿੰਦੇ ਦੁਕਾਨ ਤੋਂ ਮਕਾਨ ਬਣ ਜਾਂਦਾ, ਮਕਾਨ ਤੋਂ ਦੁਕਾਨ ਨਹੀਂ ਬਣਦੀ, ਉਹੋ ਜਿਹੇ ਕੰਮਾਂ ਵਾਸਤੇ ਤਾਂ ਕਰਜ਼ਾ ਕੋਈ ਮਾੜਾ ਨਹੀਂ ਜੇ ਲਿਆ ਜਾਵੇ। ਮਸ਼ਹੂਰੀ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਦਾ ਪ੍ਰਚਾਰ ਹੁੰਦਾ, ਬੋੜਾਂ ਨੂੰ ਲੈ ਕੇ ਤੁਸੀਂ ਸੁਣਦੇ ਰਹਿੰਦੇ ਹੋਵੋਗੇ, ਸਭ ਨੂੰ ਪਤਾ ਵੀ ਸਾਰੇ ਸਭ ਕੁਛ ਹੋਣਗੇ, ਉਸ ਨੂੰ ਲੈ ਕੇ ਤੁਸੀਂ ਕੁਛ ਖੁੱਲ੍ਹ ਕੇ ਬੋਲਣਾ ਚਾਹੋਗੇ। ਰਾਜਨੀਤੀ ਦੇ ਵਿੱਚ ਜਿਹੜਾ ਨਿੱਜੀ ਅਟੈਕ ਨੂੰ ਲੈ ਕੇ, ਜਿਵੇਂ ਪਿਛਲੇ ਦਿਨਾਂ ਵਿੱਚ ਵਿਧਾਨ ਸਭਾ ਦੇ ਵਿੱਚ ਜਾਂ ਹੋਰ ਬਹੁਤ ਸਾਰੀਆਂ ਕਲਿੱਪਾਂ ਵਾਇਰਲ ਹੁੰਦੀਆਂ ਰਹਿੰਦੀਆਂ ਲੀਡਰਾਂ ਦੀਆਂ, ਆਪਣੀ ਸਟੇਟ ਅਤੇ ਬਾਹਰਲੀ ਸਟੇਟ, ਉਸ ਨੂੰ ਲੈ ਕੇ ਕਰਮਜੀਤ ਅਨਮੋਲ ਕੁਛ ਸੋਚਦਾ? ਕਿਸੇ ਦੇ ਨਿੱਜ ਤੱਕ ਪਹੁੰਚਣਾ ਵਧੀਆ ਗੱਲ ਨਹੀਂ ਕੋਈ ਵੀ ਚਾਹੇ, ਪਰ ਮੈਨੂੰ ਇਹ ਲੱਗਦਾ ਕਿ ਤੁਸੀਂ ਕਿਸੇ ਦੀ ਲਕੀਰ ਢਾਹ ਕੇ ਆਪਣੀ ਵੱਡੀ ਨਾ ਕਰੋ, ਆਪਣੀ ਲੰਬੀ ਖਿੱਚੋ। ਅਤੇ ਜਿਹੜੇ ਲੋਕ ਇਹ ਸ਼ਿਕਵਾ ਕਰ ਰਹੇ ਆ, ਖਾਸ ਕਰਕੇ ਤੁਹਾਡੀ ਪਾਰਟੀ ਦੇ ਕੁਛ ਵਰਕਰਾਂ ਨਾਲ ਸਾਡੀ ਆਫ ਉੱਪਰ ਗੱਲ ਹੋਈ, ਉਹ ਕਹਿੰਦੇ ਵੀ ਕੈਂਡੀਡੇਟ ਵੈਸੇ ਚਲੋ ਠੀਕ ਹੈ ਪਰ ਕਿਤੇ ਸਨੀ ਦਿਓਲ ਨਾ ਬਣ ਜਾਵੇ। ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਭਗਵੰਤ ਮਾਨ ਵੀ ਬਣ ਸਕਦਾ। ਜਿਹੜਾ ਪਹਿਲਾਂ ਵਾਲੀਆਂ ਸਰਕਾਰਾਂ ਦਾ ਰਿਹਾ ਤੇ ਹੁਣ ਇਹ ਵਾਲੀ ਸਰਕਾਰ ਆ ਜਿਹੜੀ ਸੱਤਾਧਰ ਪਾਰਟੀ, ਜਿਹੜੀ ਤੁਹਾਡੀ ਪਾਰਟੀ ਹੈ, ਕੀ ਅੰਤਰ ਲੱਗ ਰਿਹਾ ਤੁਹਾਨੂੰ 2 ਸਾਲਾਂ ਦੇ ਵਿੱਚ? ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ, ਸਵਾਗਤ ਕਰਦੇ ਹਾਂ ਤੁਹਾਡਾ ਫਰੀਦਕੋਟ ਹਲਕਾ, ਇਹ ਲੋਕ ਸਭਾ ਹਲਕਾ ਜਿੱਥੋਂ ਇੱਕ ਵੱਡਾ ਚਿਹਰਾ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ, ਕਲਾਕਾਰੀ ਤੋਂ ਅਦਾਕਾਰੀ ਵੱਲ, ਅਦਾਕਾਰੀ ਤੋਂ ਹੁਣ ਸਿਆਸਤ ਵੱਲ, ਕਰਮਜੀਤ ਸਿੰਘ ਅਨਮੋਲ। ਅਨਮੋਲ ਸਾਹਿਬ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ? ਬਹੁਤ ਵਧੀਆ ਜੀ। ਸਿਆਸਤ ਹੀ ਕਿਉਂ? ਸਿਆਸਤ ਹੀ ਕਿਉਂ, ਬਹੁਤ ਕੁਛ ਹੈ, ਮੈਂ ਤਾਂ ਕੱਲੀ ਸਿਆਸਤ ਹੀ ਥੋੜਾ। ਨਹੀਂ ਤੁਸੀਂ ਤਾਂ ਬਹੁਤ ਕੁਛ ਹੋ, ਪਰ ਤੁਸੀਂ ਸਿਆਸਤ ਦੇ ਵਿੱਚ ਕਿਉਂ? ਦੇਖੋ ਜੀ, ਮਾਨ ਸਾਹਿਬ ਦੇ ਨਾਲ ਜੁੜੇ ਹੋਏ ਹਾਂ ਸ਼ੁਰੂ ਤੋਂ, ਬਚਪਨ ਤੋਂ ਹੀ ਜੀ, ਤੇ ਉਹ ਇਸ ਲਾਈਨ 'ਚ ਆਏ ਜੀ, ਤੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਆ ਰਹੇ ਹਾਂ, ਤੇ ਉਹਨਾਂ ਉਹੀ ਇੱਧਰ ਲੈ ਕੇ ਆਏ। ਤੁਹਾਡੇ ਲਈ ਫਰੀਦਕੋਟ ਸਰਪ੍ਰਾਈਜ਼ਿੰਗ ਸੀ? ਬਿਲਕੁਲ ਸਰਪ੍ਰਾਈਜ਼ਿੰਗ ਸੀ, ਤੇ ਪਰ ਮੈਂ ਖੁਸ਼ ਨਸੀਬ ਹਾਂ ਕਿ ਬਾਬਾ ਫਰੀਦ ਦੀ ਧਰਤੀ ਤੋਂ ਮੈਨੂੰ ਟਿਕਟ ਮਿਲੀ ਜੀ, ਔਰ ਬਹੁਤ ਖੁਸ਼ੀ ਦੀ ਗੱਲ, ਮਾਣ ਸਨਮਾਨ ਵਾਲੀ ਗੱਲ। ਦਿਲ ਦੀ ਇੱਛਾ ਸੰਗਰੂਰ ਉਹ ਪੂਰੀ ਨਹੀਂ ਹੋਈ? ਨਹੀਂ ਨਹੀਂ, ਕੋਈ ਮੇਰੇ ਦਿਲ ਦੀ ਇੱਛਾ ਨਹੀਂ ਸੀ ਕੋਈ, ਪਰ ਇੱਕ ਇੱਕ ਏਰੀਏ ਦਾ ਹੁੰਦਾ ਜੀ, ਹੋਵੇ, ਪਰ ਇੱਥੇ ਵੀ ਮੇਰਾ ਏਰੀਆ ਹੀ ਹੈ ਕਿਉਂਕਿ ਮੈਂ ਪੜ੍ਹਿਆ ਇੱਥੇ ਹੈ ਮੇਰੇ ਨਾਨਕੀ ਇਸ ਕੰਸਟੀਟਿਊਂਸੀ ਦੇ ਵਿੱਚ। ਸਾਡੇ ਸੁਣਨ ਦੇ ਵਿੱਚ ਇਹ ਆ ਰਿਹਾ, ਜਿੰਨੀ ਕਿ ਸਾਡੇ ਕੋਲ ਇੰਟਰਨਲ ਰਿਪੋਰਟ ਆ, ਵੀ ਤੁਹਾਡੇ ਲਈ ਤੇ ਮਾਨ ਸਾਹਿਬ ਲਈ ਦੋਨਾਂ ਲਈ ਇਹ ਸਰਪ੍ਰਾਈਜ਼ਿੰਗ ਸੀ ਵੀ ਤੁਸੀਂ ਸੰਗਰੂਰੋਂ ਹਾਈ ਕਮਾਂਡ ਨੇ ਕਰਤਾ। ਨਹੀਂ ਨਹੀਂ, ਪਰ ਮੈਨੂੰ ਤਾਂ ਉਹਨਾਂ ਨੇ ਕਿਹਾ ਸੀਗਾ ਜੀ ਕਿ ਪਹਿਲਾਂ ਮਤਲਬ ਵੀ ਇੱਥੋਂ ਲੜਾਉਣਾ ਤੁਹਾਨੂੰ, ਮਾਨ ਸਾਹਿਬ ਨੇ ਜੀ। ਜਿਹੜਾ ਤੁਹਾਡਾ ਸਲੋਗਨ ਆ, ਜਿਹੜਾ ਨਵਾਂ ਸਲੋਗਨ ਜੀ, ਹਾਂਜੀ, ਮਤਲਬ ਉਹਦੇ ਬਾਰੇ ਕਿਵੇਂ ਚਰਚਾ ਤੁਹਾਡੇ ਵੱਲੋਂ ਲਾਈਨਾਂ ਲਿਖੀਆਂ? ਨਹੀਂ ਜੀ, ਨਹੀਂ ਨਹੀਂ, ਮੈਂ ਤਾਂ ਆਪ, ਮੈਂ ਅੱਜ ਪੜ੍ਹਿਆ ਉੱਥੇ ਨਿਹਾਲ ਸਿੰਘ ਵਾਲੇ ਜਦੋਂ ਸੀਗੇ, ਤੇ ਉੱਥੇ ਮੈਨੂੰ ਕਹਿੰਦੇ ਜੀ ਆਹ ਨਵਾਂ ਸਲੋਗਨ ਲਾਤਾ, ਤੁਸੀਂ ਪੜ੍ਹ ਕੇ ਦੇਖੋ, ਮੈਨੂੰ ਉਦੋਂ ਹੀ ਪਤਾ ਲੱਗਿਆ। ਸਾਨੂੰ ਪਿਛਲੇ ਹਫ਼ਤੇ ਲੱਗ ਗਿਆ ਸੀ ਪਤਾ ਵੀ ਤੁਹਾਡੇ ਲਈ ਕੁਛ ਨਵਾਂ ਹੋਊਗਾ। ਕੀ ਬਾਤ ਹੈ। ਤੁਹਾਨੂੰ ਲੱਗਦਾ ਹੈਗਾ ਵੀ ਰਾਜਨੀਤੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਰਦੇ ਦੇ ਪਿੱਛੇ ਰਹਿ ਜਾਂਦੀਆਂ, ਉਹਨੂੰ ਤੁਸੀਂ ਕਿਤੇ ਨਾ ਕਿਤੇ ਉਹ ਦੂਰ ਕਰਨ ਦੀ ਕੋਸ਼ਿਸ਼ ਕਰੋਗੇ? ਬਿਲਕੁਲ ਜੀ, ਕੋਸ਼ਿਸ਼ ਤਾਂ ਇਹੀ ਹੈ ਕਿ ਇਸ ਲਾਈਨ ਦੇ ਵਿੱਚ ਆਇਆ
ਕਿਉਂਕਿ ਮੇਰਾ ਫਿਲਮਾਂ ਦੇ ਵਿੱਚ ਵਧੀਆ ਕੰਮ ਚੱਲ ਰਿਹਾ ਜੀ, ਔਰ ਮੇਰੇ ਕੋਲ ਉੱਧਰ ਵੀ ਸਮਾਂ ਨਹੀਂ ਵੀ ਆਪਣੇ ਪਰਿਵਾਰ ਨੂੰ ਵੀ ਸਮਾਂ ਦੇ ਸਕਾਂ ਪ੍ਰੋਪਰ, ਵੀ ਇੰਨਾ ਕੰਮ ਹੈ, ਵਾਹਿਗੁਰੂ ਦੀ ਕਿਰਪਾ ਇੰਨੀ ਰਹੀ ਹੈ ਪਿਛਲੇ 10-11 ਸਾਲਾਂ ਤੋਂ। ਤੇ ਹੁਣ ਇਹੀ ਸੀਗੇ ਕਿ ਮਾਨ ਸਾਹਿਬ ਨੇ ਜਦੋਂ ਕਿਹਾ ਵੀ ਰਾਜਨੀਤੀ 'ਚ, ਮੈਂ ਉਹਨਾਂ ਨੂੰ ਵੀ ਇਹ ਕਿਹਾ ਸੀ ਵੀ ਮੇਰੇ ਕੋਲ ਤਾਂ ਸਮਾਂ ਹੀ ਨਹੀਂ ਹੈਗਾ ਵੀ ਇੱਕ ਦਿਨ ਵੀ ਵਿਹਲਾ ਨਹੀਂ ਮੇਰੇ ਕੋਲ, ਕਹਿੰਦਾ ਵੀ ਉਹ ਲੋਕਾਂ ਨੇ ਤੈਨੂੰ ਇੰਨਾ ਬਿਜ਼ੀ ਕੀਤਾ, ਬਥੇਰਾ ਕੰਮ ਕਰ ਲਿਆ, ਹੁਣ ਥੋੜ੍ਹਾ ਉਹ ਕੰਮ ਘਟਾ ਕੇ ਇੱਧਰ ਨੂੰ ਆ, ਲੋਕਾਂ ਲਈ ਵੀ ਕੁਛ ਕਰ। ਅਤੇ ਫਿਰ ਮੇਰਾ ਵੀ ਮਨ ਬਣ ਗਿਆ ਹੈਗਾ ਤਾਂ ਸੀਗਾ ਪਹਿਲਾਂ, ਕਿਉਂਕਿ ਵੀ ਸੋਸ਼ਲੀ ਜਿਹੜੇ ਕੰਮ ਸੀਗੇ ਮੈਂ ਕਰਦਾ ਰਹਿੰਦਾ ਸੀ ਮਾੜੇ ਮੋਟੇ, ਜਿੰਨਾ ਕੁ ਵੀ ਇੱਕ ਅੰਦਰੋਂ ਸੀਗਾ ਕੋਈ ਚੰਗੇ ਕੰਮ ਕਰ ਸਕੀਏ। ਪਰ ਜਦੋਂ ਇਹ ਇੱਧਰੋਂ ਹੋਇਆ ਤਾਂ ਥੋੜ੍ਹਾ ਜਿਹਾ ਮਨ ਵੀ ਬਣ ਜਾਂਦਾ, ਸਲਾਹ ਵੀ ਕੀਤੀ ਦੋਸਤਾਂ ਮਿੱਤਰਾਂ ਨਾਲ, ਪਰਿਵਾਰ ਨਾਲ, ਸਾਰੇ ਕਹਿੰਦੇ ਵੀ ਠੀਕ ਹੈ ਜੀ, ਅਤੇ ਆਪਾਂ ਨੂੰ ਕਰਨਾ ਚਾਹੀਦਾ। ਜਿਹੜਾ ਹੁਣ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਕਲਾਕਾਰ ਦੇ ਉੱਤੇ, ਅਦਾਕਾਰ ਦੇ ਉੱਤੇ ਇੱਕ ਟੈਗ ਜਿਹਾ ਲੱਗ ਜਾਂਦਾ ਵੀ ਜਿੱਤ ਕੇ ਫਿਰ ਕਦੇ ਦਿਖਦੇ ਨਹੀਂ, ਉਸ ਟੈਗ ਦੇ ਲਈ ਕੀ ਆ, ਮਤਲਬ ਕੁਛ ਸਪੈਸ਼ਲ ਸੋਚਿਆ, ਜਾਂ ਉਹ ਕਿਵੇਂ ਤੁਸੀਂ ਵੋਟਰਾਂ ਨੂੰ ਮਜਬੂਰ ਕਰੋਗੇ ਵੀ ਨਹੀਂ ਮੈਂ ਉਦਾਂ ਦਾ ਨਹੀਂ? ਦੇਖੋ ਜੀ, ਮੈਂ ਤੁਸੀਂ ਭਗਵੰਤ ਮਾਨ ਦੇ ਬਾਰੇ ਇਹ ਗੱਲ ਕਹਿ ਸਕਦੇ ਹੋ? ਦੇਖੋ ਜੀ, ਕਾਫੀ ਕੁਛ ਸੋਚਿਆ ਜੇ, ਸਰਪ੍ਰਾਈਜ਼ਿੰਗ ਵੀ ਹੈ ਤੇ ਬਹੁਤ ਕੁਛ ਕਰਨ ਦੇ ਮਨ ਚ ਇੱਛਾ, ਤੇ ਬਹੁਤ ਕੁਛ ਕਰਾਂਗੇ। ਜਿਵੇਂ ਤੁਸੀਂ ਮੁੱਖ ਮੰਤਰੀ ਸਾਹਿਬ ਦਾ ਬਾਰ ਬਾਰ ਜ਼ਿਕਰ ਕਰ ਰਹੇ ਹੋ, ਤੁਸੀਂ ਕਹਿ ਵੀ ਦਿੱਤਾ ਵੀ ਉਹਨਾਂ ਦਾ, ਤੇ ਉਹਨਾਂ ਨੇ ਫਿਰ ਤਿਆਗ ਵੀ ਬਹੁਤ ਵੱਡੇ ਵੱਡੇ ਕੀਤੇ, ਤੁਸੀਂ ਉਵੇਂ ਤਿਆਗ ਕਰੋਗੇ ਸਾਰਾ, ਮਤਲਬ ਫਿਲਮ ਇੰਡਸਟਰੀ ਜਾਂ ਹੋਰ ਆਪਦਾ ਕਾਰੋਬਾਰ? ਉਹਨਾਂ ਕੋਲੇ ਬਹੁਤ ਵੱਡੀ ਜ਼ਿੰਮੇਵਾਰੀ ਹੈ, ਜਿੰਨੀ ਮੇਰੀ ਜ਼ਿੰਮੇਵਾਰੀ ਮੈਂ ਉਨੀ ਨਿਭਾਉਂਗਾ, ਤੇ ਸਾਰਾ ਕੁਝ ਜਿੰਨਾ ਮੈਂ ਹੋ ਸਕਿਆ ਮੈਕਸਿਮਮ ਟਾਈਮ ਦੇਵਾਂਗਾ। ਖਾਸ ਤੌਰ ਦੇ ਉੱਤੇ ਜਿਵੇਂ ਆਪਾਂ ਹਲਕੇ ਦੇ ਵਿੱਚ ਵਿਚਰਦੇ ਆ, 9 ਵਿਧਾਨ ਸਭਾ ਹਲਕੇ ਆਉਂਦੇ ਆ, 8 MLA ਤੁਹਾਡੇ ਜੀ ਜੀ, ਕਦੇ ਇਦਾਂ ਨਹੀਂ ਵੀ ਉਹਨਾਂ ਵਿੱਚੋਂ ਬੰਦਾ ਕਿਉਂ ਨਹੀਂ? ਨਹੀਂ, ਮੈਨੂੰ ਤਾਂ, ਮੈਂ ਤਾਂ ਸਰਪ੍ਰਾਈਜ਼ਿੰਗ ਸੀ ਨਾ, ਮੈਂ ਕੋਈ ਇਹ ਨਹੀਂ ਵੀ ਮੈਂ ਕਿਸੇ ਦਾ ਹੱਕ ਮਾਰ ਕੇ ਆਇਆ ਜੀ, ਤੇ ਮੈਨੂੰ ਤਾਂ ਜਿੱਥੋਂ ਵੀ ਪਾਰਟੀ ਨੇ ਹੁਕਮ ਕੀਤਾ ਉੱਥੋਂ ਆਇਆ, ਤੇ ਨਾ ਹੀ ਮੈਂ ਇਹੋ ਜਿਹਾ ਬੰਦਾ ਕਿ ਮੈਂ ਕਿਸੇ ਨੂੰ ਮਤਲਬ ਦਬਾ ਕੇ ਰੱਖਣਾ ਚਾਹੁੰਦਾ ਵੀ ਜਿਹੜੇ ਮੈਂ ਪਹਿਲਾਂ ਵੀ ਜਿਹੜੇ ਮੇਰੇ ਸਹਿਯੋਗੀ ਨੇ ਜਿਹੜੇ ਹੁਣ ਜਿਹੜਿਆਂ ਨੂੰ ਮਤਲਬ ਦਾਅਵੇਦਾਰ ਸੀਗੇ ਉਹ ਸਾਰੇ ਮੇਰੇ ਨਾਲ ਇਨ ਟੱਚ ਨੇ, ਉਹਨਾਂ ਨੂੰ ਵੀ ਇਹੀ ਕਿਹਾ ਵੀ ਆਪਾਂ ਇੱਕ ਵਾਰੀ ਆਪਾਂ ਨੂੰ ਮੌਕਾ ਮਿਲਣਾ ਚਾਹੀਦਾ ਵੀ ਮੈਂ ਨਹੀਂ ਆਪਾਂ ਸਾਰੇ MP ਹੋਵਾਂ ਜੀ। ਜਿਵੇਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਉਹ ਕੁਛ ਤੁਸੀਂ ਇਕੱਠਾ ਕਰ ਰਹੇ ਹੋ ਵੀ ਫਰੀਦਕੋਟ ਦੇ ਵਿੱਚ ਕੀ ਮਤਲਬ ਪਹਿਲਾਂ ਵਾਲਿਆਂ ਨੇ ਪ੍ਰੋਮਿਸ ਕੀਤਾ ਕੀ ਪੂਰਾ ਨਹੀਂ ਹੋਇਆ ਜਾਂ ਕੀ ਕੁਛ ਤੁਸੀਂ ਨਵਾਂ ਕਰ ਸਕਦੇ? ਬਿਲਕੁਲ ਜੀ, ਕਾਫੀ ਕੁਛ ਹੈ ਜਿਹੜੇ ਜਿੰਨੇ ਸਾਡੇ MLA ਸਾਹਿਬਾਨ ਨੇ ਜੀ ਉਹਨਾਂ ਤੋਂ ਪੁੱਛ ਰਹੇ ਹਾਂ ਵੀ ਕੀ ਮੇਨ ਮੁੱਦੇ ਨੇ। ਬਾਕੀ ਮੈਨੂੰ ਇਹ ਫਾਇਦਾ ਕਿ ਇੱਥੇ 8 ਕੌਂਸਟੀਚੁਐਂਸੀਆਂ 'ਚ ਆਪਣੇ MLA ਹੈ ਤੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਰਹੂਗਾ ਮੈਨੂੰ, ਤੇ 9ਵਾਂ ਜਿਹੜੇ ਇੱਥੇ ਦੇ ਜਿਹੜੇ ਮੇਨ ਬੰਦੇ ਜਿਹੜੇ ਇੱਥੋਂ ਦੇ ਇੰਚਾਰਜ ਨੇ ਉਹਨਾਂ ਦਾ ਵੀ ਵਧੀਆ ਇੱਥੇ ਕੰਮ ਕੀਤਾ ਹੋਇਆ ਪਾਲੀ ਜੀ, ਤੇ ਉਹਨਾਂ ਦਾ ਵੀ ਮੈਨੂੰ ਫਾਇਦਾ ਹੋਊਗਾ। ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਨਹੀਂ ਸੀ ਤਾਂ ਫਰੀਦਕੋਟ ਇਹ ਬਹੁਤ ਵੱਡਾ ਮਸਲਾ ਰਹਿੰਦਾ ਸੀ ਹਮੇਸ਼ਾ ਕਿ ਸ਼ੂਗਰ ਮਿਲ ਨੂੰ ਲੈ ਕੇ, ਤੇ ਉਹ ਸੰਧਵਾਂ ਸਾਹਿਬ ਤੇ ਆਪਣੇ ਜਿਹੜੇ ਗੁਰਦਿੱਤ ਸਿੰਘ ਜੀ ਨੇ ਉਹ ਬਹੁਤ ਉਠਾਉਂਦੇ ਰਹੇ ਆ, ਉਸ ਨੂੰ ਲੈ ਕੇ ਤੁਹਾਡਾ ਕੋਈ, ਕਿਉਂਕਿ ਉਹ ਮਿਲ ਬੰਦ ਹੋ ਗਈ, ਉਦੋਂ ਬਾਅਦ ਇਹ ਸਰਕਾਰ ਨੇ 2 ਸਾਲ ਹੋ ਗਏ ਕੋਈ ਨਾਮ ਵੀ ਨਹੀਂ ਲਿਆ? ਦੇਖੋ ਜੀ, ਸਾਰਾ ਅਜੇ ਕਿਉਂਕਿ ਸਾਰੀਆਂ ਮੁੱਦਿਆਂ ਦਾ ਨਹੀਂ ਪਤਾ, ਇੱਧਰ ਉਲਝੇ ਹੋਏ ਆ ਸਾਰੇ, ਹੌਲੀ ਹੌਲੀ ਸਰ ਜਿਹੜੇ ਵੀ ਪਤਾ ਲੱਗਣਗੇ ਸਭ ਬਾਰੇ ਪੂਰੀ ਬਰੀਕੀ ਦੇ ਨਾਲ ਸੋਚਾਂਗੇ। ਜਿਹੜੇ ਤੁਹਾਡੇ ਪਹਿਲਾਂ ਵਾਲੇ MP ਨੇ ਥੋਮਸ ਸਦੀਕ ਸਾਹਿਬ, ਤੁਹਾਡੇ ਬਹੁਤ ਕਲੋਜ਼ ਵੀ ਹੋਣਗੇ ਜੀ ਜੀ, ਇੱਕ ਖੇਤਰ ਕਰਕੇ, ਉਹਨਾਂ ਦੇ ਕਿਵੇਂ ਦੇਖ ਰਹੇ ਹੋ, ਉਹਨਾਂ ਦਾ ਕੰਮ ਕਾਜ ਕਿਵੇਂ ਰਿਹਾ? ਦੇਖੋ ਜੀ, ਮੈਂ ਤਾਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਐਜ਼ ਅ ਕਲਾਕਾਰ, ਉਹ ਸਾਡੇ ਬਹੁਤ ਸੀਨੀਅਰ ਨੇ, ਰਿਸਪੈਕਟਡ ਨੇ ਜੀ, ਤੇ ਬਾਕੀ ਲੋਕਾਂ ਨੇ ਪਿਛਲੀ ਵਾਰ ਉਹਨਾਂ ਨੂੰ ਫਤਵਾ ਦਿੱਤਾ ਸੀ ਐਤਕੀ
ਜੋ ਜਿਹੋ ਜਿਹਾ ਕੀਤਾ ਹੋਊਗਾ ਓਦਾਂ ਦਾ ਫਤਵਾ ਮਿਲ ਜੂਗਾ ਜੀ। ਮੈਂ ਮੌਕਾ ਮੰਗ ਰਿਹਾ ਲੋਕਾਂ ਤੋਂ, ਉਹਨਾਂ ਨੂੰ ਦੇ ਚੁੱਕਿਆ। ਉਹ ਵੀ ਇੱਕ ਦੋ ਪਿੰਡਾਂ ਦੇ ਵਿੱਚ ਅੱਜ ਉਹਨਾਂ ਦੀ ਮੈਂ ਕਲਿੱਪ ਦੇਖੇ ਨਜ਼ਰ ਆ ਰਹੇ ਨੇ, ਘਰ ਲੱਗੇ ਨੇ ਹਜੇ, ਟਿਕਟ ਨਹੀਂ ਨਾਉਂ ਸੋਈ। ਇੱਕ ਨਵਾਂ ਨਾਮ ਬੀਜੇਪੀ ਕਹਿ ਰਹੀ ਹੈ ਫਰੀਦਕੋਟ ਵਾਸਤੇ ਜੇ ਗਠਬੰਧਨ ਨਹੀਂ ਹੁੰਦਾ, ਹੰਸ ਰਾਜ। ਹਾਂਜੀ ਹਾਂਜੀ, ਉਹ ਵੀ ਆਪਣੇ ਲੱਗਦਾ ਵੀ ਅਕਾਲੀ ਦਲ ਵੀ ਕੋਈ ਕਲਾਕਾਰ ਆਉਣਾ ਚਾਹੀਦਾ, ਸ਼ਾਇਦ ਸੰਦੀਲਾ ਸਾਹਿਬ ਨੂੰ ਲਿਆਉਣ ਜਾਂ ਕਿਸੇ ਨੂੰ। ਹਾਂਜੀ ਹਾਂਜੀ ਹਾਂਜੀ, ਹੋ ਸਕਦਾ ਕੋਈ ਵੀ, ਸਭ ਨੂੰ ਅਧਿਕਾਰ ਨੇ, ਸਾਰੀਆਂ ਪਾਰਟੀਆਂ ਨੂੰ ਅਧਿਕਾਰ ਨੇ, ਸਭ ਬੰਦੇ ਨੂੰ ਅਧਿਕਾਰ ਨੇ ਸਾਰੇ। ਆਪਾਂ ਕਿਉਂ ਕਹੀਏ ਕਿਸੇ ਨੂੰ ਵੀ ਨਹੀਂ ਆਉਣਾ ਚਾਹੀਦਾ, ਸਭ ਆਉਣਾ ਚਾਹੀਦਾ। ਰਾਜਨੀਤੀ ਦੇ ਵਿੱਚ ਜਿਹੜਾ ਨਿੱਜੀ ਅਟੈਕ ਨੂੰ ਲੈ ਕੇ ਜਿਵੇਂ ਪਿਛਲੇ ਦਿਨਾਂ ਵਿੱਚ ਵਿਧਾਨ ਸਭਾ ਦੇ ਵਿੱਚ ਜਾਂ ਹੋਰ ਬਹੁਤ ਸਾਰੀਆਂ ਕਲਿੱਪਾਂ ਵਾਇਰਲ ਹੁੰਦੀਆਂ ਰਹਿੰਦੀਆਂ ਲੀਡਰਾਂ ਦੀਆਂ, ਆਪਣੀ ਸਟੇਟ 'ਚ ਬਾਹਰਲੀ ਸਟੇਟ, ਉਸ ਨੂੰ ਲੈ ਕੇ ਕਰਮਜੀਤ ਅਨਮੋਲ ਕੁਝ ਸੋਚਦਾ? ਹਾਂਜੀ, ਉਹ ਮੈਨੂੰ ਵਧੀਆ ਨਹੀਂ ਲੱਗਦਾ। ਕਿਸੇ ਦੇ ਨਿੱਜ ਤੱਕ ਪਹੁੰਚਣਾ ਵਧੀਆ ਗੱਲ ਨਹੀਂ ਕੋਈ ਵੀ ਹੈ ਚਾਹੇ, ਪਰ ਮੈਨੂੰ ਇਹ ਲੱਗਦਾ ਕਿ ਤੁਸੀਂ ਕਿਸੇ ਦੀ ਲਕੀਰ ਢਾਹ ਕੇ ਆਪਣੀ ਵੱਡੀ ਨਾ ਕਰੋ, ਆਪਣੀ ਆਪਣੀ ਲੰਬੀ ਖਿੱਚੋ ਕਿ ਆਪਣੇ ਆਪ ਦੂਜੇ ਦੀ ਲਕੀਰ ਛੋਟੀ ਰਹਿ ਜੇ। ਵੀ ਕਿਸੇ ਨੂੰ ਮਾੜਾ ਕਹਿ ਕੇ ਅੱਗੇ ਨਾ ਆਓ ਤੇ ਆਪ ਚੰਗੇ ਬਣ ਕੇ ਅੱਗੇ ਆਓ। ਤੇ ਜਿਹੜਾ ਪਹਿਲਾਂ ਵਾਲੀਆਂ ਸਰਕਾਰਾਂ ਦਾ ਰਿਹਾ ਤੇ ਹੁਣ ਇਹ ਵਾਲੀ ਸਰਕਾਰ ਆ ਜਿਹੜੀ ਸੱਤਾਧਰ ਪਾਰਟੀ ਜਿਹੜੀ ਤੁਹਾਡੀ ਪਾਰਟੀ ਹੈ, ਜੀ ਜੀ, ਕੀ ਅੰਤਰ ਲੱਗ ਰਿਹਾ ਤੁਹਾਨੂੰ 2 ਸਾਲਾਂ ਦੇ ਵਿੱਚ? ਦੇਖੋ ਜੀ, ਲੋਕ ਬੜੇ ਖੁਸ਼ ਨੇ, ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਸੀਗੀਆਂ ਉਹ ਜਿਹੜੇ ਗਰੰਟੀਆਂ ਦਿੰਦੀਆਂ ਸੀਗੀਆਂ ਉਹ ਪਿਛਲੇ 6 ਮਹੀਨਿਆਂ 'ਚ ਆ ਕੇ ਇੱਕ ਅੱਧੀ ਗਰੰਟੀ ਪੂਰੀ ਕਰਦੀ ਸੀ ਵੀ ਚਲੋ ਹੁਣ ਵੋਟਾਂ ਲੈਣੀਆਂ ਨੇ। ਪਰ ਇਹ ਪਹਿਲੀ ਪਾਰਟੀ ਹੈ ਮਾਨ ਸਰਕਾਰ ਪੰਜਾਬ ਦੇ ਵਿੱਚ ਕਿ ਜਿਹਨੇ ਪਹਿਲੇ 6 ਮਹੀਨਿਆਂ 'ਚ ਸ਼ੁਰੂ ਕਰਤੀਆਂ ਸੀ। ਲੋਕ ਬਹੁਤ ਖੁਸ਼ ਨੇ ਬਿਜਲੀ ਮਾਫ਼ੀ ਬਾਰੇ ਅਤੇ ਜਾਂ ਜਿਹੜਾ ਜਿਵੇਂ ਸਕੂਲ ਸਿੱਖਿਆ ਬਾਰੇ ਅਤੇ ਦੂਜਾ ਆਪਣਾ ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਸਿੱਖਿਆ ਬਾਰੇ, ਸਿਹਤ ਬਾਰੇ, ਸਿਹਤ ਸਹੂਲਤਾਂ ਬਾਰੇ ਅਤੇ ਬਾਕੀ ਜਿਹੜੀ ਜਿਵੇਂ ਪਾਣੀ ਵਾ ਜਿਹੜੇ ਮਾਲਵਾ ਨਹਿਰ ਕੱਢੀ ਜਾ ਰਹੀ ਹੈ। ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਵੀ ਪਾਣੀ ਧਰਤੀ 'ਚੋਂ ਖਤਮ ਹੋ ਰਿਹਾ, ਸਾਡੀ ਧਰਤੀ ਬੰਜਰ ਹੋ ਜਾਣੀ ਹੈ। ਔਰ ਜੇ ਇੱਦਾਂ ਹੀ ਧਰਤੀ 'ਚੋਂ ਪਾਣੀ ਨਿਕਲਦਾ ਰਿਹਾ ਤਾਂ ਉਹ ਸਾਨੂੰ ਨਹਿਰੀ ਪਾਣੀ ਹੈ ਕਿ ਤੁਸੀਂ ਦੇਖਿਆ ਹੋਣਾ ਕਿੰਨੇ ਵੀਡੀਓ ਚੱਲੇ ਵੀ ਅਸੀਂ 40-45 ਸਾਲਾਂ ਦੇ ਵਿੱਚ ਪਹਿਲੀ ਵਾਰ ਪਾਣੀ ਦੇਖਿਆ ਨਹਿਰ ਦਾ, ਹੈ ਨਾ। ਉਹ ਸ਼ੁਰੂ ਕੀਤਾ ਅਤੇ ਬਹੁਤ ਚੰਗੇ ਕੰਮ ਨੇ, ਇਸ ਕਰਕੇ ਦੂਜੀਆਂ ਪਾਰਟੀਆਂ ਨਾਲੋਂ ਵੱਖਰੀ ਪਾਰਟੀ ਹੈ। ਜਿਵੇਂ ਇੱਕ ਬਹੁਤ ਸਾਰੀ ਚਰਚਾ ਹੁੰਦੀ ਆ, ਇੱਕ ਦੌਰ ਤੋਂ ਬਾਅਦ ਚਰਚਾ ਹੋਣ ਲੱਗ ਗਈ ਵੀ ਪੰਜਾਬ 'ਚ ਪਹਿਲਾਂ ਕਰਜ਼ਾ ਇੰਨਾ ਸੀ, ਫਿਰ ਵੱਧਦਾ ਗਿਆ ਹਰ ਇੱਕ ਸਾਲ, ਇਹ ਸਰਕਾਰ 'ਤੇ ਵੀ ਲੱਗ ਰਹੇ ਆ ਦੋਸ਼ ਵੀ ਕਰਜ਼ਾ ਬਹੁਤ ਹੋ ਗਿਆ। ਇਸ ਦੇ ਵਿੱਚ ਬਿਜਲੀ ਮਾਫ਼ੀ ਵਾਲਾ ਜਾਂ ਮੁਫ਼ਤ ਵਾਲਾ, ਜਿਵੇਂ ਕਿਸੇ ਨੇ ਨਾਮ ਦਿੱਤਾ ਵੀ ਮੁਫ਼ਤਖੋਰੀ ਵਾਲਾ, ਹੈ ਨਾ, ਉਸ ਨੂੰ ਲੈ ਕੇ ਤੁਸੀਂ ਕਿਵੇਂ ਸੋਚਦੇ? ਜਿਹੜਾ ਉਹ ਬੋਝ ਆ ਉਹ ਕਿੱਥੇ, ਮਤਲਬ ਬੋਝ ਅਲਟੀਮੇਟ ਸਰਕਾਰ 'ਤੇ, ਸਰਕਾਰ ਤੋਂ ਫਿਰ ਲੋਕਾਂ 'ਤੇ? ਦੇਖੋ ਜੀ, ਕਈ ਚੀਜ਼ਾਂ ਇਹ ਹੁੰਦੀਆਂ ਨੇ। ਇੱਕ ਤਾਂ ਕਰਜ਼ਾ ਹੁੰਦਾ ਵੀ ਘਰ ਪਾਉਣ ਵਾਸਤੇ ਜੀ, ਵੀ ਆਪ ਤੋਂ ਜਿਹੜੀ ਵੱਡਾ ਪੰਗਾ ਲੈਣਾ, ਹੈ ਨਾ ਜੀ, ਜਾਂ ਤੁਸੀਂ ਕੋਈ ਆਪਦੇ ਸ਼ੌਕ ਪੂਰੇ ਕਰਨੇ, ਹੈ ਨਾ, ਉਹ ਹੁੰਦਾ ਕਰਜ਼ਾ ਮਾੜਾ। ਇੱਕ ਕਰਜ਼ਾ ਹੁੰਦਾ ਵੀ ਕਰਜ਼ਾ ਲੈ ਕੇ ਤੁਸੀਂ ਬਿਜ਼ਨਸ ਖੋਲ੍ਹ ਲਿਆ ਜੀ, ਕਹਿੰਦੇ ਦੁਕਾਨ ਤੋਂ ਮਕਾਨ ਬਣ ਜਾਂਦਾ, ਮਕਾਨ ਤੋਂ ਦੁਕਾਨ ਨਹੀਂ ਬਣਦੀ ਜੀ, ਅਤੇ ਉਹੋ ਜਿਹੇ ਕੰਮਾਂ ਵਾਸਤੇ ਤਾਂ ਕਰਜ਼ਾ ਕੋਈ ਮਾੜਾ ਨਹੀਂ ਜੇ ਲਿਆ ਜਾਵੇ ਅਤੇ ਅੱਗੇ ਹੋਰ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਮੁਹੱਈਏ ਕਰਨਾ। ਅਤੇ ਬਾਕੀ ਮੇਰਾ ਖਿਆਲ ਹੈ ਵੀ, ਮੈਨੂੰ ਪੂਰੇ ਅੰਕੜਿਆਂ ਦਾ ਨਹੀਂ ਪਤਾ, ਵੀ ਸਰਕਾਰ ਕਰਜ਼ਾ ਵਾਪਸ ਵੀ ਕਰ ਰਹੀ ਹੈ। ਪਹਿਲੀਆਂ ਸਰਕਾਰਾਂ ਨੇ ਕਰਜ਼ਾ ਵਾਪਸ ਨਹੀਂ ਕਰਿਆ, ਉਹ ਤਾਂ ਬਿਨਾਂ ਕੋਈ ਸੁੱਖ ਸਹੂਲਤ ਦੇਣ ਤੋਂ ਵੀ ਕਹਿੰਦੇ ਸੀ ਸਾਡਾ ਖਜ਼ਾਨਾ ਖਾਲੀ ਹੈ, ਅਤੇ ਇਹ ਇੰਨਾ ਕੁਛ ਦੇਖ ਕੇ ਵੀ ਨਹੀਂ ਕਹਿ ਰਹੇ ਵੀ ਸਾਡਾ ਖਜ਼ਾਨਾ ਖਾਲੀ ਹੈ। ਤੁਹਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਲੰਬੀ ਜਿਵੇਂ ਉਵੇਂ ਵਾਰਤਾਲਾਪ ਹੁੰਦੀ ਹੈ, ਵੀ ਤੁਹਾਡੇ ਲਈ ਕੀ ਸਪੈਸ਼ਲ ਬਲੂ ਪ੍ਰਿੰਟ ਹੈ, ਕਿਉਂਕਿ ਸਾਡੇ ਸੁਣਨ ਦੇ ਵਿੱਚ ਇਹ ਆ ਰਿਹਾ ਵੀ ਤੁਹਾਡੇ ਲਈ ਖਾਸ ਜ਼ੋਰ ਲੱਗਣ ਵਾਲਾ ਗਾ? ਦੇਖੋ ਜੀ, ਦੋਸਤੀ ਹੈ ਸਾਡੀ ਅਤੇ ਉਹਨਾਂ ਦਾ ਫਰਜ਼ ਵੀ ਬਣਦਾ ਹੈ ਵੀ ਜ਼ੋਰ ਲਾਉਣਾ ਵੀ ਹੈ, ਵੀ ਬਾਕੀ ਮੇਰੇ ਇਕੱਲੇ ਨਹੀਂ ਪੂਰੇ ਪੰਜਾਬ ਲਈ ਜ਼ੋਰ ਲਾਉਣਗੇ ਉਹ, ਅਤੇ
ਬਾਕੀ ਗੱਲਾਂ ਬਾਤਾਂ ਤਕਰੀਬਨ ਸਾਡੀਆਂ ਸਵੇਰ ਸ਼ਾਮ ਜ਼ਰੂਰ ਹੁੰਦੀਆਂ ਇੱਕ ਵਾਰੀ ਵੀ ਕਿੱਦਾਂ ਦਾ ਰਿਹਾ ਪ੍ਰੋਗਰਾਮ, ਕਿੱਦਾਂ ਦਾ ਰਿਹਾ। ਤੇ ਪੰਜਾਬ ਦੇ ਵੱਡੇ ਪ੍ਰੋਡਕਸ਼ਨ ਹਾਊਸ ਵੀ ਜ਼ਰੂਰ ਲਾਉਣਗੇ? ਬਿਲਕੁਲ ਲਾਉਣਗੇ ਜੀ, ਪੰਜਾਬ ਦੇ ਪ੍ਰੋਡਕਸ਼ਨ ਹਾਊਸ ਵੀ, ਪੰਜਾਬ ਦੇ ਕਲਾਕਾਰ ਵੀ, ਸਾਰੇ ਸਾਰਿਆਂ ਵੱਲੋਂ ਹਰੀ ਝੰਡੀ ਹੈ ਜੀ, ਸਾਰੇ ਬੈਠੇ ਵੀ ਜਦੋਂ ਬੁਲਾਉਂਗੇ ਪਹੁੰਚਾਂਗੇ। ਕਿਸੇ ਪ੍ਰੋਡਕਸ਼ਨ ਹਾਊਸ ਦਾ ਯੋਗਦਾਨ ਰਿਹਾ ਤੁਹਾਨੂੰ ਟ੍ਰੈਕ ਦਵਾਉਣ ਦੇ ਵਿੱਚ, ਇੱਦਾਂ ਦੀ ਵੀ ਚਰਚਾ ਆਈ ਕੁਛ? ਨਹੀਂ, ਇੱਦਾਂ ਦਾ ਕੋਈ ਮਤਲਬ ਹੋਇਆ ਨਹੀਂ। ਉਹ ਤਾਂ ਮੈਨੂੰ ਵੀ ਨਹੀਂ ਪਤਾ ਸੀਗਾ ਵੀ ਮੈਨੂੰ ਟਿਕਟ ਮਿਲਣੀ ਹੈ, ਉਹ ਤਾਂ ਮਾਨ ਸਾਹਿਬ ਨੂੰ ਪਤਾ ਸੀ। ਤੇ ਕਦੇ ਤੁਸੀਂ ਜ਼ਿੰਦਗੀ ਦੇ ਵਿੱਚ ਸੋਚਿਆ ਸੀ ਵੀ ਰਾਜਨੀਤੀ ਦੇ ਵਿੱਚ ਕਰਮਜੀਤ ਅਨਮੋਲ ਆਊ, ਖਾਸ ਕਰਕੇ ਸ਼ੋਹਰਤ ਦੇ ਉਹ ਲੈਵਲ ਦੇ ਉੱਤੇ ਜਿੱਥੇ ਇੱਕ ਚਰਚਾ ਇਹ ਵੀ ਪਿੰਡਾਂ ਦੇ ਵਿੱਚ ਚੱਲਦੀ ਆ, ਤੁਸੀਂ ਤਾਂ ਬਹੁਤ ਕਰੀਬੀ ਰਹੇ, ਮਾਨ ਸਾਹਿਬ ਵੀ ਰਹੇ, ਉਹਨਾਂ ਨੂੰ ਪਤਾ ਹੋਊ ਵੀ ਯਾਰ ਇਹਨਾਂ ਨੂੰ ਕੀ ਲੋੜ ਸੀ, ਉੱਥੇ ਠੀਕ ਸੀ, ਸੈੱਟ ਸੀ, ਇਹ ਚਰਚਾ ਚੱਲਦੀ ਹੋਇਆ ਹਮੇਸ਼ਾ। ਬਿਲਕੁਲ ਬਿਲਕੁਲ, ਮੈਨੂੰ ਮੈਂ ਵੀ ਮੇਰੇ ਮੈਂ ਸੁਪਨੇ 'ਚ ਵੀ ਨਹੀਂ ਕਦੇ ਸੋਚਿਆ ਸੀ ਵੀ ਇਹ ਮੈਂ ਰਾਜਨੀਤੀ 'ਚ ਆਊਂਗਾ ਵੀ ਮੈਨੂੰ ਇੱਦਾਂ ਟਿਕਟ ਮਿਲੂਗੀ। ਪਰ ਪਰਮਾਤਮਾ ਨੇ ਕਹਿੰਦੇ ਆਪੇ ਡਿਜ਼ਾਈਨ ਕੀਤਾ ਹੁੰਦਾ ਸਾਰਾ ਕੁਛ। ਡਰਾਈਵਰ ਤਾਂ ਉਹ ਹੁੰਦੇ ਨੇ ਜਿੱਧਰ ਨੂੰ ਗੱਡੀ ਮੋੜੀ ਜਾਂਦੇ ਆ ਉੱਧਰ ਨੂੰ ਹੋ ਜਾਂਦੇ ਹਨ, ਸਭ ਤੋਂ ਵੱਡੇ ਡਾਇਰੈਕਟਰ ਉਹ ਹੈ, ਉਹਨਾਂ ਦੀ ਡਾਇਰੈਕਸ਼ਨ ਹੈ, ਪਰਮਾਤਮਾ ਦੀ ਡਾਇਰੈਕਸ਼ਨ ਹੈ। ਬਾਕੀ ਇਹ ਹੈ ਵੀ ਸਾਡਾ ਕੰਮ ਇਹ ਵੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨਾ, ਉਹ ਕੋਈ ਵੀ ਖਿੱਤਾ ਹੋਵੇ, ਕੋਈ ਵੀ ਲਾਈਨ ਹੋਵੇ, ਉਹਦੇ 'ਚ ਜੇ ਤੁਸੀਂ ਆਪ ਸਹੀ ਹੋ ਤਾਂ ਸਾਰਾ ਕੁਛ ਸਹੀ ਹੁੰਦਾ ਰਹੇ। ਅਤੇ ਪਰਿਵਾਰ ਵਾਲੇ ਪਾਸੇ ਉੱਧਰੋਂ ਸਹਿਯੋਗ ਰਿਹਾ ਕਿ ਨਹੀਂ ਰੋਕਿਆ ਗਿਆ? ਪਰਿਵਾਰ ਤਾਂ ਮੇਰੇ ਨਾਲੋਂ ਵੀ ਕਾਲਾ ਸੀਗਾ, ਇਹਦਾ ਕਾਰਨ ਪਤਾ ਨਹੀਂ ਕੀ ਗੱਲ ਸੀ ਵੀ ਉਹਨਾਂ ਨੂੰ ਬੜਾ ਚਾਅ ਸੀਗਾ ਵੀ ਮੈਂ ਇੱਧਰ ਵੀ ਆਵਾਂ। ਤੇ ਮੇਰੇ ਪਿੰਡ ਨੂੰ ਜਦੋਂ ਮੈਂ ਜਾਂਦਾ ਸੀਗਾ ਤੇ ਪਿੰਡ ਹੋਰ ਤੂੰ ਤਾਂ ਬਈ ਮੰਤਰੀ ਬਣੇਗਾ, ਤੂੰ ਤਾਂ ਇੱਧਰ ਆਵੇਂਗਾ, ਤੁਹਾਨੂੰ ਮੈਂ ਹੱਸਦਾ ਹੁੰਦਾ ਵੀ ਯਾਰ ਵੀ ਮੇਰੇ ਬਾਰੇ ਇਹਨਾਂ ਨੂੰ ਕੀ ਪਤਾ ਵੀ ਮੈਂ ਨਹੀਂ ਹੈ ਨਾ। ਬਹੁਤ ਬੰਦਿਆਂ ਨੇ ਜਾਂ ਮੇਰੇ ਯਾਰਾਂ ਦੋਸਤ ਨੇ ਵੀ ਇਹੀ ਵੀ ਨਹੀਂ ਇਹ ਲਾਈਨ 'ਚ ਆਉਣਾ ਚਾਹੀਦਾ ਹੈ ਨਾ, ਕੋਈ ਚੱਕਰ ਨਹੀਂ, ਤੇ ਤਾਂ ਹੀ ਆਇਆ ਮੈਂ। ਪਰਿਵਾਰ ਨੂੰ ਤੁਸੀਂ ਕਦੇ ਪੁੱਛਿਆ ਨਹੀਂ ਵੀ ਇੱਧਰ ਕਿਉਂ ਕਿ ਮਤਲਬ ਪਰਿਵਾਰਾਂ ਦਾ ਥੋੜਾ ਜਿਆਦਾ ਤਮਾ ਜਮਾ ਬਚ ਜਾਂਦਾ ਉਹਦੇ ਕਰਕੇ? ਨਹੀਂ ਦੇਖੋ ਦੇਖੋ ਐ ਵੀ ਵੈਸੇ ਪਤਾ ਨਹੀਂ ਹੁਣ ਪਰਿਵਾਰ ਨੂੰ ਕੀ ਲੱਗਦਾ ਹੋਊਗਾ, ਬਾਕੀ ਪਰਿਵਾਰ ਵੀ ਮੇਰਾ ਇਹੀ ਹੈ ਵੀ ਲੋਕਾਂ ਦੇ ਲਈ ਕੰਮ ਕਰੀਏ ਤੇ ਸਾਰਾ ਕੁਛ, ਕਿਉਂਕਿ ਵਾਈਫ ਮੇਰੀ ਉਹ ਵੀ ਬਹੁਤ ਜਿਵੇਂ ਕਿ ਮੈਨੂੰ ਘੱਟ ਟਾਈਮ ਮਿਲਦਾ, ਮੇਰੇ ਜਿਹੜੇ ਭੈਣ ਭਰਾ ਮਾਂ ਪਿਓ ਨੂੰ ਸਭ ਤੋਂ ਵੱਧ ਉਹਨਾਂ ਨੇ ਦੇਖਿਆ, ਸਾਰੇ ਜੋ ਦੇਖਭਾਲ ਹੈ ਤਾਂ ਉਹੀ ਜ਼ਿਆਦਾ ਉਹਨਾਂ ਨੇ ਜ਼ਿਆਦਾ ਕੀਤੀ ਜੀ। ਤੇ ਉਹ ਵੀ ਫਿਰ ਆਉਣਗੇ ਤੁਹਾਡੇ ਨਾਲ ਸਪੋਰਟ ਕਰਨ ਆ ਰਹੇ ਆ? ਬਿਲਕੁਲ ਬਿਲਕੁਲ ਆਉਣਗੇ, ਜਾਣਗੇ ਸਾਰਾ ਪਰਿਵਾਰ ਆਊਗਾ। ਤੇ ਇੱਕ ਖਾਸ ਸਵਾਲ ਹੋਰ ਆ, ਜਿਵੇਂ ਮਸ਼ਹੂਰੀ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਦਾ ਪ੍ਰਚਾਰ ਹੁੰਦਾ, ਬੋੜਾਂ ਬੂੜਾਂ ਨੂੰ ਲੈ ਕੇ ਤੁਸੀਂ ਸੁਣਦੇ ਰਹਿੰਦੇ ਹੋਵੋਗੇ, ਸਭ ਨੂੰ ਪਤਾ ਵੀ ਸਾਰੇ ਸਭ ਕੁਝ ਸੁਣਦੇ, ਉਸ ਨੂੰ ਲੈ ਕੇ ਤੁਸੀਂ ਕੁਝ ਖੁੱਲ੍ਹ ਕੇ ਬੋਲਣਾ ਚਾਹੋਗੇ? ਦੇਖੋ ਜੀ ਇਹ ਆਪੋ ਆਪਣੇ ਮਤਲਬ ਹੁੰਦੀ ਹੈ ਗੱਲਬਾਤ ਵੀ ਕਿਵੇਂ ਦੱਸਣਾ, ਕੁਛ ਚੀਜ਼ਾਂ ਹੁੰਦੀਆਂ ਵੀ ਨੇ ਨਹੀਂ ਲੋਕਾਂ ਨੂੰ ਪਤਾ ਲੱਗਦਾ ਤੇ ਉਹਨਾਂ ਤੱਕ ਪਹੁੰਚਾਉਣ ਲਈ ਇਹ ਵੀ ਕੁਛ ਨਾ ਕੁਛ ਜ਼ਰੂਰੀ ਬਣ ਜਾਂਦੀ ਹੈ। ਤੇ ਕਲਾਕਾਰ ਭਾਈਚਾਰੇ ਦਾ ਕੀ ਰਿਸਪੌਂਸ ਰਿਹਾ ਹੈਗਾ ਤੁਹਾਨੂੰ ਵੀ ਕਿਵੇਂ? ਹਰ ਕਲਾਕਾਰ ਖੁਸ਼ ਹੋਇਆ ਜੀ, ਸਭ ਨੇ ਵਧਾਈਆਂ ਦਿੱਤੀਆਂ, ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਆਪਣੀ ਜਿਹੜਾ ਫੀਲਡ ਹੈ, ਆਪਣਾ ਭਾਈਚਾਰਾ, ਉਹਨੇ ਬਹੁਤ ਸਹਿਯੋਗ ਦਿੱਤਾ, ਹਰ ਇੱਕ ਕਲਾਕਾਰ ਨੇ ਮੈਨੂੰ ਵਧਾਈ ਦਿੱਤੀ, ਹਰ ਇੱਕ ਪ੍ਰੋਡਿਊਸਰ, ਡਾਇਰੈਕਟਰ, ਚਾਹੇ ਕੋਰੀਓਗ੍ਰਾਫਰ ਹੈ, ਕੁਛ ਵੀ ਹੈ, ਚਾਹੇ ਜਿਹੜਾ ਇਸ ਲਾਈਨ ਨਾਲ ਜੁੜਿਆ ਹੋਇਆ, ਸਭ ਨੇ ਮੈਨੂੰ ਵਧਾਈਆਂ ਦਿੱਤੀਆਂ। ਜਿਵੇਂ ਤੁਸੀਂ ਸ਼ੂਟਿੰਗ ਦੇ ਦੌਰਾਨ ਜਾਂ ਵੈਸੇ ਤੁਸੀਂ ਜ਼ਿਆਦਾਤਰ ਵਿਦੇਸ਼ ਰਹਿੰਦੇ ਹੋ, ਕੈਨੇਡਾ ਵਗੈਰਾ ਜ਼ਿਆਦਾ ਉੱਥੇ ਰਹਿੰਦੇ ਹੋ, ਕੋਈ ਚਿੰਤਾ ਦਾ ਵਿਸ਼ਾ ਜਿਹੜਾ ਪੰਜਾਬ ਨੂੰ ਲੈ ਕੇ ਹਮੇਸ਼ਾ ਉੱਧਰ ਜਾ ਕੇ ਵੀ ਇੱਧਰ ਰਹਿ ਕੇ ਵੀ ਖੜਕਦਾ ਹੋਵੇ? ਸਭ ਤੋਂ ਵੱਡਾ ਇਹੀ ਹੈ ਕਿ ਪੰਜਾਬ ਦਾ ਜਿਹੜੀ ਧਰਤੀ ਬੰਜਰ ਹੋ ਰਹੀ ਹੈ, ਪਾਣੀ ਖਤਮ ਹੋ ਰਿਹਾ, ਜਾਂ ਪੰਜਾਬ ਦੇ ਵਿੱਚ ਕੈਂਸਰ ਵਰਗੀ ਭਿਆਨਕ ਬਿਮਾਰੀ ਜਿਹੜੀ ਪੈਰ ਫੁਲਾ ਰਹੀ ਹੈ ਜ਼ਿਆਦਾ, ਤੇ ਉਹਦੇ ਬਾਰੇ ਬਹੁਤ ਚਿੰਤਾ ਹੁੰਦੀ। ਲੋ ਐਂਡ ਆਰਡਰ ਨੂੰ ਲੈ ਕੇ ਜਿਵੇਂ ਗੈਂਗਸਟਰਾਂ ਨੂੰ ਲੈ ਕੇ ਬਹੁਤ ਸਾਰੀਆਂ ਉਹ ਧਮਕੀਆਂ ਜਾਂ ਆਮ ਬੰਦਿਆਂ ਨੂੰ ਵੀ ਜਿਵੇਂ ਆਪਾਂ ਕਹਿੰਦੇ ਹਾਂ ਆੜਤੀਆਂ ਨੂੰ, ਵੱਡਿਆਂ ਨੂੰ ਤਾਂ ਨਾਮੀਆਂ ਨੂੰ ਤਾਂ ਆਉਣਗੀ, ਉਸ ਨੂੰ ਲੈ ਕੇ? ਦੇਖੋ ਜੀ ਜਿਹੜੀ ਜਿਹੜੇ ਗੈਂਗਸਟਰਿਜ਼ਮ ਹੈ ਜਾਂ ਕੁਛ ਵੀ ਹੈ, ਇਹਦੀ ਜੜ ਕੀ ਹੈ? ਉਹ ਹੈ ਬੇਰੁਜ਼ਗਾਰੀ। ਸਿਆਣੇ ਕਹਿੰਦੇ ਵੀ ਵਿਹਲਾ ਮਨ ਸ਼ੈਤਾਨ ਦਾ ਘਰ ਜੀ। ਜਦੋਂ ਕੋਈ ਕੰਮ ਕਾਰ ਨਹੀਂ ਹੁੰਦਾ, ਬੰਦੇ ਦੇ ਦਿਮਾਗ 'ਚ ਹੋਰ ਹੀ ਨੈਗੇਟਿਵ ਥੋਟਸ ਆਉਂਦੇ ਨੇ,
ਸੋਚਦਾ ਹੀ ਪੁੱਠੇ ਪਾਸੇ ਵਿਹਲਾ ਬੰਦਾ ਜਿਹੜਾ ਹੁੰਦਾ ਜੀ, ਜਦੋਂ ਬੰਦਾ ਕੰਮ ਤੇ ਹੋਊਗਾ ਉਹਨੂੰ ਆਪਣੇ ਕੰਮ ਤੋਂ ਹੀ ਫੁਰਸਤ ਨਹੀਂ ਮਿਲਦੀ, ਫਿਰ ਜਾ ਕੇ ਰੈਸਟ ਕਰਨੀ ਹੁੰਦੀ, ਸਾਰਾ ਕੁਛ ਹੋ ਜਾਂਦਾ, ਬੇਰੁਜ਼ਗਾਰੀ ਖਤਮ ਹੋ ਜੂ, ਮੈਨੂੰ ਲੱਗਦਾ ਇਹ ਸਾਰਾ ਕੁਛ ਹੀ ਖਤਮ ਹੋ ਜੂ। ਪੰਜਾਬ ਦੇ ਵਿੱਚ ਦੋ ਵੱਡੇ ਚਰਚਿਤ ਚਿਹਰੇ, ਇੱਕ ਵੱਡੀ ਦਾ ਸੰਦੀਪ ਨੰਗਲ ਅੰਬੀਕਾ, ਦੂਸਰਾ ਤੁਹਾਡੇ ਖੇਤਰ ਨਾਲ ਹੀ ਜੁੜਿਆ ਵਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲ, ਇਨਸਾਫ਼ ਨੂੰ ਲੈ ਕੇ ਤੁਹਾਨੂੰ ਲੱਗਦਾ ਵੀ ਸਰਕਾਰ ਨੂੰ ਕੁਛ? ਬਿਲਕੁਲ ਜੀ, ਸਰਕਾਰ ਕਰ ਵੀ ਰਹੀ ਹੈ, ਕਾਫ਼ੀ ਕੁਛ ਕਰ ਰਹੀ ਹੈ, ਬਾਕੀ ਕੋਸ਼ਿਸ਼ਾਂ ਹੋਰ ਵੀ ਜਾ ਰਹੀਆਂ ਨੇ। ਬਾਕੀ ਮੈਂ ਸਿੱਧੂ ਮੂਸੇ ਵਾਲੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਕਿ ਉਹਨਾਂ ਦੇ ਘਰ ਦੇ ਵਿੱਚ ਬੜੀ ਮਤਲਬ ਦੇਰ ਬਾਅਦ ਬੜੇ ਕਹਿਰ ਢਹਿਣ ਤੋਂ ਬਾਅਦ ਖੁਸ਼ੀ ਆਈ ਹੈ। ਪਰਮਾਤਮਾ ਉਸ ਬੱਚੇ ਨੂੰ ਤੰਦਰੁਸਤ ਰੱਖੇ, ਉਹਦੇ ਮਾਂ ਪਿਓ ਨੂੰ ਤੰਦਰੁਸਤ ਰੱਖੇ, ਔਰ ਇਕੱਲਾ ਮੈਂ ਹੀ ਨਹੀਂ, ਪੂਰਾ ਪੰਜਾਬ ਨਹੀਂ, ਪੂਰਾ ਹਿੰਦੁਸਤਾਨ ਨਹੀਂ, ਬਲਕਿ ਉਹ ਵਰਲਡ ਦਾ ਕਲਾਕਾਰ ਸੀ, ਪੂਰਾ ਸੰਸਾਰ ਖੁਸ਼ ਹੈ ਕਿ ਉਸ ਘਰ ਦੇ ਵਿੱਚ ਖੁਸ਼ੀਆਂ ਆਈਆਂ। ਜਾਂਦੇ ਜਾਂਦੇ ਚਾਹੂੰਗਾ, ਦੋ ਵੱਡੇ ਕਾਰਜ ਜਿਹੜੇ ਤੁਸੀਂ ਐਂਟੀ ਬਣ ਕੇ ਕਰਨਾ, ਹਾਂਜੀ, ਦੋ ਵੱਡੇ ਕਾਰਜ, ਕੋਈ ਵੀ ਦੋ ਵੱਡੇ ਕੰਮ ਜਿਹੜੇ ਕੁਛ ਵੀ, ਮੈਨੂੰ ਜਿਹੜੀ ਮੇਰੀ ਅੰਦਰੋਂ ਆਵਾਜ਼, ਮੈਂ ਤੁਹਾਨੂੰ ਦੱਸਾਂ ਵੀ ਸਭ ਤੋਂ ਪਹਿਲਾਂ ਤਾਂ ਇਨਵਾਇਰਮੈਂਟ ਦੇ ਉੱਤੇ ਮੈਨੂੰ ਇਹ ਹੈ ਕਿ ਜਿਹੜਾ ਇਨਵਾਇਰਮੈਂਟ ਜਿਹੜਾ ਖਰਾਬ ਹੁੰਦਾ ਜਾ ਰਿਹਾ, ਇਹਨੂੰ ਕਿਵੇਂ ਸੁਧਾਰਿਆ ਜਾਵੇ, ਵੱਧ ਤੋਂ ਵੱਧ ਦਰਖਤ ਲਾਏ ਜਾਣ ਹਰ ਇੱਕ ਖਾਲੀ ਜਗ੍ਹਾ ਤੇ, ਜਿਹੜੀ ਚਾਹੇ ਉਹ ਸਰਕਾਰੀ ਹੈ ਜਾਂ ਸ਼ਾਮਲਾਟ ਹੈ, ਲੋਕਾਂ ਨੂੰ ਉਹਦੇ ਬਾਰੇ ਅਵੇਅਰ ਕਰਾਂਗੇ ਵੀ ਉਹਦੇ ਉੱਤੇ ਵੱਧ ਤੋਂ ਵੱਧ ਦਰਖਤ ਲਾਏ ਜਾਣ। ਇਹ ਕਿਉਂਕਿ ਮੈਂ ਵਾਤਾਵਰਨ ਪ੍ਰੇਮੀ ਹਾਂ, ਹੈ ਨਾ, ਦਰਖਤ ਆਉਣਗੇ, ਘੁੱਗੀਆਂ ਚਿੜੀਆਂ ਆਉਣਗੀਆਂ, ਹੈ ਨਾ, ਉਹ ਵੀ ਕੁਛ ਸਾਡੇ ਜਿਹੜੇ ਮਿੱਤਰ ਪੰਛੀ ਨੇ, ਹੈ ਨਾ, ਉਹ ਆਉਣਗੇ, ਅਤੇ ਇੱਕ ਉਹ ਵੀ ਜਦੋਂ ਚਿੜੀਆਂ ਦੀ ਜਿਹੜਾ ਚੀਕ ਚਹਾਟ ਵਧੀਆ ਲੱਗਦੀ ਹੈ ਸਵੇਰੇ, ਪਹਿਲਾਂ ਜੋ ਬਚਪਨ ਦੇ ਵਿੱਚ ਉੱਠਦੇ ਸੀ ਚਿੜੀਆਂ ਬੋਲਦੀਆਂ ਹੁੰਦੀਆਂ ਸੀ ਨਾ, ਉਹੋ ਜਿਹਾ ਮੋਰ ਬੋਲਦੇ ਹੋਣ, ਇਹ ਚੀਜ਼ਾਂ ਮੈਨੂੰ ਵਧੀਆ ਲੱਗਦੀਆਂ ਨੇ ਵੀ ਉਹ ਹੋਵੇ। ਦੂਜਾ ਇਹੀ ਹੈ ਕਿ ਜਿਵੇਂ ਆਪਣਾ ਪਾਣੀ ਨੂੰ ਲੈ ਕੇ, ਜਿਹੜਾ ਪਾਣੀ ਡੂੰਘੇ ਹੁੰਦੇ ਜਾ ਰਹੇ, ਖਤਮ ਹੁੰਦੇ ਜਾ ਰਹੇ ਆ, ਵੀ ਇਹਦੇ ਬਾਰੇ ਆ ਮਾਨ ਸਾਹਿਬ ਕਰ ਰਹੇ ਨੇ, ਕਿਉਂਕਿ ਉਹ ਮਾਲਵਾ ਨਹਿਰ ਜਿਹੜੀ ਉਹ ਜਦੋਂ ਮਤਲਬ ਹੋਊਗੀ ਸ਼ੁਰੂ ਤਾਂ ਲੱਖਾਂ ਟਿਊਬਵੈੱਲ ਬੰਦ ਹੋਣਗੇ, ਉਦੋਂ ਧਰਤੀ ਹੇਠਲਾ ਪਾਣੀ ਬਚੂਗਾ ਵੀ, ਅਤੇ ਫਸਲਾਂ ਨੂੰ ਵੀ ਵਧੀਆ ਪਾਣੀ ਮਿਲੂਗਾ। ਅਤੇ ਜਿਹੜੇ ਲੋਕ ਇਹ ਸ਼ਿਕਵਾ ਕਰ ਰਹੇ ਆ, ਖਾਸ ਕਰਕੇ ਤੁਹਾਡੀ ਪਾਰਟੀ ਦੇ ਕੁਛ ਵਰਕਰਾਂ ਨਾਲ ਸਾਡੀ ਆਫ ਰਿਕਾਰਡ ਗੱਲ ਹੋਈ, ਉਹ ਕਹਿੰਦੇ ਵੀ ਕੈਂਡੀਡੇਟ ਵੈਸੇ ਚਲੋ ਠੀਕ ਹੈ, ਪਰ ਕਿਤੇ ਸਨੀ ਦਿਓਲ ਨਾ ਫੰਜੇ, ਜਦੋਂ ਆਹ ਗੱਲ ਆ ਜਾਂਦੀ ਹੈ ਸਾਹਮਣੇ। ਨਹੀਂ, ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਭਗਵੰਤ ਮਾਨ ਵੀ ਬਣ ਸਕਦਾ, ਇਹ ਸੋਚਣਾ ਚਾਹੀਦਾ, ਕਿਉਂਕਿ ਮੈਨੂੰ ਥਾਪੜਾ ਉਹਨਾਂ ਦਾ ਜਿਹੜਾ ਲੋਕਾਂ ਦਾ ਚੁਣਿਆ ਹੋਇਆ, ਮਤਲਬ ਮੈਂ ਇੱਕ ਲੋਕ ਨਾਇਕ ਕਹੂੰਗਾ ਉਹਨਾਂ ਨੂੰ, ਅਤੇ ਮੈਨੂੰ ਉਹਨਾਂ ਦਾ ਥਾਪੜਾ। ਅਤੇ ਉਹ ਕੱਲ੍ਹ ਜਦੋਂ ਜੈਤੋ ਚੱਲ ਰਿਹਾ ਸੀ ਪ੍ਰੋਗਰਾਮ, ਤਾਂ ਉਹਨਾਂ ਦੀ ਕਾਲ ਵੀ ਆਈ, ਅਤੇ ਉਹਨਾਂ ਨੇ ਇਹੀ ਗੱਲ ਕਹੀ ਵੀ ਕਰਮਜੀਤ ਵਾਅਦੇ ਉਹੀ ਕਰੀ ਜਿਹੜੇ ਪੂਰੇ ਕਰਨੇ ਆ, ਵੀ ਇਹੋ ਜਿਹਾ ਵਾਅਦਾ ਨਾ ਕਰੀ ਜਿਹੜਾ ਨਾਗ ਪੂਰਾ ਕਰਨ ਵਾਲਾ ਹੋਵੇ, ਮਤਲਬ ਉਹੀ ਗੱਲਾਂ ਕਰੀ ਜਿਹੜੀਆਂ ਆਪਾਂ ਕਰ ਸਕਦੇ ਹੋਈਏ, ਜਿਹੜੀਆਂ ਕਰਨੇ ਆਪਾਂ ਕਰਾਂਗੇ। ਅਤੇ ਇਹ ਬਹੁਤ ਵੱਡਾ ਥਾਪੜਾ ਜੀ, ਮੈਨੂੰ ਉਹਨਾਂ ਦੀ ਬਹੁਤ ਸਪੋਰਟ ਹੈ ਇਸ ਚੀਜ਼ ਦੀ। ਅਤੇ ਦੇਖੋ ਜੀ, ਗੱਲ ਇਹ ਹੁੰਦੀ ਹੈ ਕਿ ਪੈਸਾ ਲੋਕਾਂ ਦਾ ਹੀ ਆ, ਲੋਕਾਂ 'ਤੇ ਲਾਉਣਾ, ਮੈਂ ਆਪਣੇ ਘਰੋਂ ਤਾਂ ਲਾਉਣਾ ਨਹੀਂ, ਮੈਂ ਤਾਂ ਇੱਕ ਪੁਲ ਦਾ ਕੰਮ ਕਰਨਾ ਵਿਚਾਲੇ, ਹੈ ਨਾ, ਅਤੇ ਉਹ ਆਪਾਂ ਕਰਦੇ ਰਹਾਂਗੇ, ਪਰਮਾਤਮਾ ਇਹ ਮੌਕਾ ਬਖਸ਼ੇ, ਲੋਕ ਇਹ ਮੌਕਾ ਬਖਸ਼ਣ, ਅਤੇ ਲੋਕ ਯਾਦ ਕਰਨਗੇ ਵੀ ਕੋਈ ਆਇਆ ਸੀ। ਕੋਈ ਦਿਲ ਦੇ ਵਿੱਚ ਤਮੰਨਾ ਹੈ ਵੀ ਫਲਾਣਾ ਬੰਦਾ ਮੇਰੇ ਖਿਲਾਫ ਚੋਣ ਲੜੇ, ਇਦਾਂ ਕੁਛ, ਕਿਉਂਕਿ ਪੋਲੀਟੀਸ਼ੀਅਨ ਨੂੰ ਕਈ ਵਾਰ ਹੁੰਦਾ ਹੈ? ਨਹੀਂ ਜੀ, ਮੈਨੂੰ ਕਿਸੇ ਦਾ ਨਹੀਂ, ਜੋ ਵੀ ਮਰਜ਼ੀ ਆਵੇ ਮੇਰੇ ਵੱਲੋਂ ਸਤਿਕਾਰ 'ਤੇ ਹੋਊਗਾ, ਵੀ ਮੈਂ ਕੋਈ ਇਹ ਮੈਨੂੰ ਇਹ ਨਹੀਂ ਹੈਗਾ ਕਿ ਮੈਂ ਉਹਦੇ ਬਾਰੇ ਮਾੜਾ ਬੋਲਾਂ, ਆਹ ਬੋਲਾਂ, ਆਹ ਬੋਲੇ, ਮੇਰੇ ਲਈ ਸਾਰੀ ਰਿਸਪੈਕਟਡ ਨੇ। ਮਤਲਬ ਫਰੀਦਕੋਟ ਵਾਲੇ ਨਿੱਜੀ ਟਿੱਪਣੀਆਂ ਨਹੀਂ, ਮੈਨੂੰ ਨਹੀਂ ਲੱਗਦਾ, ਮੈਂ ਕਰਨੀਆਂ ਵੀ ਨਹੀਂ ਚਾਹੁੰਦਾ, ਤੇ ਨਾ ਹੀ ਮੈਂ ਅਜੇ ਤੱਕ ਕਿਸੇ ਲਈ ਕੀਤੀਆਂ ਨੇ। ਸਾਰਿਆਂ ਦਾ ਆਪੋ ਆਪਣਾ ਕੰਮ ਹੈ, ਸਾਰਿਆਂ ਦੇ ਆਪੋ ਆਪਣੇ ਸਿਧਾਂਤ ਨੇ, ਆਪਣੇ ਆਪਣੇ ਵਿਚਾਰ ਨੇ। ਮੇਰਾ ਨਿੱਜੀ ਵਿਚਾਰ ਇਹ ਹੈ ਵੀ ਮੈਂ ਕਿਸੇ ਨੂੰ ਮਾੜਾ ਨਾ ਕਹਾਂ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਇਸ ਨੂੰ ਮੈਂ ਫੋਲੋ ਕਰਦਾ ਚੀਜ਼।
ਧੰਨਵਾਦ ਜੀ, ਤੁਹਾਡਾ ਸਮਾਗਤ ਬਹੁਤ ਬਹੁਤ ਧੰਨਵਾਦ। ਤੋਂ ਇਹ ਸੀ ਕਰਮਜੀਤ ਸਿੰਘ ਅਨਮੋਲ, ਜਲਦੀ ਹੀ ਹਾਜ਼ਰ ਹੁੰਦੇ ਹਾਂ ਕਿਸੇ ਹੋਰ ਸਿਆਸਤਦਾਨ ਦੇ ਨਾਲ। ਤੁਸੀਂ ਆਪਣਾ ਸਮਾਂ ਦਿੱਤਾ ਜੀ, ਬਹੁਤ ਬਹੁਤ ਧੰਨਵਾਦ।